ਸਾਬਕਾ ਫੌਜੀ ਜੋ ਕਿ ਲੰਮੇ ਸਮੇਂ ਤੋਂ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਅਤੇ ਪ੍ਰਦਰਸ਼ਨ ਵੀ ਸਾਬਕਾ ਫੌਜੀਆਂ ਵੱਲੋਂ ਜਾਰੀ ਨੇ। ਸਾਬਕਾ ਫੌਜੀਆਂ ਦੇ ਸੰਘਰਸ਼ ਨੂੰ ਉਸ ਸਮੇਂ ਵੱਡਾ ਹੰਗਾਰਾ ਮਿਲਿਆ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਫੌਜੀਆਂ ਦੇ ਸਮਰਥਨ 'ਚ ਪਹੁੰਚੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਸ ਸਮੇਂ ਤੱਕ ਸਾਬਕਾ ਫੌਜੀਆਂ ਦੇ ਹੱਕ ਲਈ ਲੜਨਗੇ ਜਿੰਨਾ ਚਿਰ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ। मैं था मेरी था पहले दिन से इनके हमारे एक्स सर्विसमैन के साथ सपोर्ट थी। मैंने पहले दिन जब लगा था मैंने उस रिक्वेस्ट की थी कि मैं पहले दिन में ही शामिल होना चाह रहा हूं। तब इनकी कुछ सोच और थी कि अब ये हम सभी लगे हुए हैं इसमें और हमारी ड्यूटी बनती है और मेरे साथी जो हैं मेरे एक बार साथी रहे अब भी हमारे साथी हुए हैं उनकी मदद के लिए आई एम ऑलवेज अवेलेबल।